मैं सोच रहा सी जेकर संत दुनिया ते ना हुंदी ते पूरी दुनिया ही नशियां च पै जांदी, क्योंकि परेशानियां नूं पलाउण दे वास्ते इंसान कोई ना कोई तरीका लभदा। गुरु जी कहिंदे ने जेड़ा गुरमुख है, जेड़ी गुरमुख रूह गुरु दी बख्शी हुई रूह, वो की करदी दर कर विसर गयो रविदासा, उन मन मत मत वाला रे। रूह कहिंदी जदों मेरे ते गुरु ने किरपा कीती, मेरे ते बख्शिश कीती, मैनू सबद दे नाल जोड़ दिता, ते फिर मैं सबद दे विच जदों लीन होई, चित सिमरन करो नैने अवलोकनो सर्वन बाणी सपुर राखियो, मन कर मधु कर करियो चरण हिरदे तरियो, रसन अमृत राम नम पाखियो। रुकेंदी जदों मेरे ते गुरु ने किरपा कीती, मेरे ते बख्शिश कीती, चित सिमरन करो उन्हां दे तरीके अनुसार, मैं चित दे विच उस शब्द दा चिंतन करना शुरू कीता, नैना दे नाल अंतर ही अंतर गुरु दे दर्शन करने जदों शुरू कीते, तो की होया दर कर विसर गयो रविदासा। कहिंदे मेरा शरीर जेड़ा इहदी भी मैनूं सुध बुध नहीं रही, मस्त हो गया। कई एक दिन एक रू कह रही सी कि मैं सिमरन ते बैठी, मैनू आउन लग गया पता कि मेरी खरी मौत हो चली है। यही अवस्था है, बिल्कुल शरीर नूं भुल जांदा बंदा। साड़ी शरीर दी चेतन सत्या सारी इकट्ठी होके उपर पल पल प्रेम प्याला चाले सूटे नहीं खुमारी ने। कहिंदे ओ ऐसा गुरु ने मैनू प्याला पला दिता, हुण मेरी खुमारी खत्म नहीं हो रही। दुनिया च नशे करदे हाँ जिन्ने भी लोग, वो खुमारी थोड़े समय लई हुंदी, वो खुमारी लै जाण वाली हुंदी है, लेकिन नाम दी खुमारी कदे भी खत्म नहीं हुंदी। जन्म साखी च गुरु नानक देव दी जन्म साखी च ताई कहा है, नाम खुमारी नानका चढ़ी रहे दिन रात। वो कदे उतरदी नहीं। दुनिया दी खुमारी जितना मर्जी महंगा नशा है, वो उतर जाण वाला है, लेकिन नाम दी खमारी उतरन वाली नहीं है, बसरत है चढ़ जाव। ताई गुरु जी ने कहा रविदास मधरा मत पीजिए, जो चढ़े चढ़े उतराए नाम महारस पीजिए, जो चढ़े ना उतराए। कहिंदी ओ नशे नहीं करने अस, जेड़े चढ़दे आ उतर जांदे आ। जिन्हां नशियां दे नाल थोड़ी देर वास्ते परेशानियां खत्म हुंदियां ने। सतगुरु जी कहिंदे ने आओ मैं तुहानूं नाम दा नशा दे दिंदा हां, जिन्हों करन दे नाल सदा लई तुहाडियां परेशानियां खत्म हो जाणगियां सदा लई। आनगियां परेशानियां पर तुसीं परेशानियां नूं महसूस नहीं करो। ये दुनियावी नशे करन दे नाल
ਤੁਹਾਡੀ ਸਿਹਤ ਖਰਾਬ ਹੋ ਜਾਵੇਗੀ। ਪਰ ਨਾਮ ਦਾ ਨਸ਼ਾ ਗ੍ਰਹਿਣ ਕਰਨ ਦੇ ਨਾਲ ਤੁਹਾਡੇ ਚ ਤਾਜ਼ਗੀ ਆਵੇਗੀ, ਇਕਾਂਤ ਚਿੱਤ ਹੋਗੀ, ਬਿਨਾਂ ਤਨਾਉ ਤੋਂ ਇੱਕ ਚਿੱਤ ਹੋ ਕਰਕੇ ਬੜੀ ਸਹਿਜ ਅਵਸਥਾ ਚ ਜਾ ਕਰਕੇ ਨਾਮ ਦੇ ਵਿੱਚ ਜਦੋਂ ਜੁੜ ਜਾਓਗੇ ਤੇ ਤੁਹਾਨੂੰ ਤਾਜ਼ਗੀ ਆ ਜਾਏਗੀ। ਦੁਨਿਆਵੀ ਨਸ਼ਿਆਂ ਦੇ ਨਾਲ ਤੁਹਾਡੇ ਘਰਾਂ ਚ ਦਲਿੱਦਰੀ ਆ ਜਾਵੇਗੀ, ਪਰ ਨਾਮ ਦੇ ਨਸ਼ੇ ਕਰਨ ਦੇ ਨਾਲ ਤੁਹਾਡੇ ਪਰਿਵਾਰਾਂ ਚ ਖੁਸ਼ਹਾਲੀ ਆ ਜਾਵੇਗੀ। ਔਰ ਇਹ ਅਸੀਂ ਪ੍ਰੈਕਟੀਕਲ ਦੇਖ ਰਹੇ ਹਾਂ, ਜਿਹੜੇ ਜਿਹੜੀਆਂ ਰੂਹਾਂ ਗੁਰੂ ਜੀ ਦੇ ਸ਼ਬਦ ਦੇ ਨਾਲ ਜੁੜ ਗਈਆਂ, ਪ੍ਰੈਕਟੀਕਲ ਕੱਲ ਦੇਖਿਆ ਉਹ ਪਰਿਵਾਰਾਂ ਚ ਖੁਸ਼ਹਾਲੀ ਆ ਗਿਆ, ਪਰਿਵਾਰ ਬਦਲ ਗਏ। ਸਾਂਬਾ ਡਿਸਟ੍ਰਿਕਟ ਦਾ ਇੱਕ MLA ਡਾਕਟਰ ਹੈ, ਤੂੰ ਸਭ ਲੋਟ ਇੱਕ ਵਾਰੀ ਕਹਿ ਬੋਲਿਆ ਉਹ ਆਪਣੀ ਸਟੇਜ ਦੇ ਉੱਪਰ, ਕਹਿੰਦਾ ਮੈਂ ਸੋਚ ਰਿਹਾ ਸੀ ਕਿ ਮੇਰਾ ਜੋ ਸਮਾਜ ਹੈ ਤੇ ਰਵੀਦਾਸੀਆ ਸਮਾਜ ਇੱਕ ਜੈਸਾ ਹੀ ਮਜ਼ਦੂਰ ਹੀ ਹੈ ਵਿਚਾਰੇ, ਲੇਕਿਨ ਰਵੀਦਾਸੀਆ ਸਮਾਜ ਆਮ ਮੈਂ ਦੇਖਿਆ ਇਹਨਾਂ ਨੇ ਆਪਣੇ ਘਰਾਂ ਨੂੰ ਚੇਂਜ ਕੀਤਾ, ਥੋੜੇ ਵਧੀਆ ਬਣਾ ਲਏ, ਬੈਠਣ ਦਾ ਢੰਗ ਆ ਗਿਆ, ਘਰਾਂ ਚ ਖੁਸ਼ਹਾਲੀ ਆ ਗਈ, ਸੋਚ ਵਧੀਆ ਹੋ ਗਈ। ਮੈਂ ਸੋਚ ਰਿਹਾ ਸੀ ਕਿ ਐਸਾ ਕਿਉਂ ਪਰਿਵਰਤਨ ਆਇਆ। ਮੈਂ ਨੌਕਰੀ ਕਰਦਾ ਸੀ, ਡਾਕਟਰ ਸੀ, ਮੇਰੀ ਸਮਝ ਤੋਂ ਬਾਹਰ ਹਰ ਗੱਲ ਰਹੀ। ਜਿਉਂ ਹੀ ਮੈਂ ਰਾਜਨੀਤੀ 'ਚ ਆਇਆ, ਮੈਂ ਸਮਾਜ 'ਚ ਵਿਚਰਿਆ ਅਤੇ ਹੁਣ ਮੈਨੂੰ ਪਤਾ ਲੱਗਾ ਉਹ ਇਹ ਜਿਹੜੇ ਰਵੀਦਾਸੀਆ ਮੇਰਾ ਭਾਈਚਾਰਾ ਹੈ, ਇਹਨਾਂ 'ਚੋਂ ਆਮ ਹੀ ਗੁਰੂ ਰਵਿਦਾਸ ਜੀ ਦੇ ਨਾਮ ਦੇ ਨਾਲ ਜੁੜ ਗਏ। ਜਦੋਂ ਨਾਮ ਦਾ ਨਸ਼ਾ ਇਹਨਾਂ ਨੇ ਗ੍ਰਹਿਣ ਕੀਤਾ, ਪਰਿਵਾਰਾਂ 'ਚ ਖੁਸ਼ਹਾਲੀ ਆ ਗਈ। ਪਰ ਮੇਰੇ ਸਮਾਜ ਦੇ ਦੁਨਿਆਵੀ ਨਸ਼ਿਆਂ 'ਚ ਹੀ ਫਸੇ ਰਹੇ, ਜਿਸ ਕਰਕੇ ਇਹ ਗਰੀਬੀ ਦੀ ਦਲਦਲ 'ਚੋਂ ਬਾਹਰ ਨਹੀਂ ਨਿਕਲ ਸਕੇ। ਇਹ ਵਾਕਿਆ ਠੀਕ ਹੈ। ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਨਾਮ ਦੀ ਖਮਾਰੀ ਨੂੰ ਪ੍ਰਾਪਤ ਕਰ ਲਿਆ ਨਾ, ਫਿਰ ਉਹ ਖਮਾਰੀ ਉਤਰਦੀ ਨਹੀਂ ਹੈ। ਅਸੀਂ ਗੁਰੂ ਪਿਆਰੀ ਸਤਸੰਗਤ ਜੀ, ਜਿਹੜੇ ਅਜੇ ਵੀ ਲੋਕ ਦੁਨਿਆਵੀ ਨਸ਼ਿਆਂ 'ਚ ਪਏ ਹੋਏ ਹਨ, ਉਹਨਾਂ ਨੂੰ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਦੇ ਨਾਲ ਜੋੜਨਾ ਹੈ। ਉਹਨਾਂ ਨੂੰ ਕਹਿਣਾ, ਆ ਤੂੰ ਵੀ ਉਸ ਨਾਮ ਦੇ ਨਾਲ ਜੁੜ, ਤੂੰ ਵੀ ਨਾਮ ਦੀ ਖੁਮਾਰੀ ਨੂੰ ਪ੍ਰਾਪਤ ਕਰ, ਜਿਹਨੂੰ ਪ੍ਰਾਪਤ ਕਰਨ ਦੇ ਨਾਲ ਤੇਰੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ, ਤੇਰਾ ਮਨ ਜਿਹੜਾ ਉਹ ਖਿੜ ਜਾਏਗਾ ਔਰ ਜੀਵਨ ਆਨੰਦਮਈ ਹੋ ਜਾਏਗਾ। ਸੋ ਅਸੀਂ ਸਭਨਾਂ ਨੇ ਜਿੱਥੇ ਆਪ ਗੁਰੂ ਚਰਨਾਂ ਨਾਲ ਜੁੜੇ ਹਾਂ, ਬਾਕੀਆਂ ਨੂੰ ਵੀ ਜੋੜਨਾ ਹੈ। ਇਹੀ ਸਤਿਗੁਰੂ ਜੀ ਦਾ ਉਪਦੇਸ਼ ਹੈ, ਇਸੇ ਲਈ ਅਸੀਂ ਇਕੱਠੇ ਹੁੰਦੇ ਹਾਂ, ਸਤਸੰਗਾਂ ਹੁੰਦੀਆਂ, ਤਾਂ ਕਿ ਸਾਡਾ ਸਮਾਜ ਆਸਤਾ ਆਸਤਾ ਇਹ ਪਰੇਸ਼ਾਨੀਆਂ ਨੂੰ ਭੁੱਲ ਕੇ, ਭੁਲਾ ਸਕੇ, ਨਾਮ ਦੇ ਰਸ ਨੂੰ ਪੀ ਕੇ। ਪੂਰਾ ਸਮਾਜ ਜਦੋਂ ਨਾਮ ਨਾਲ ਜੁੜ ਜਾਏਗਾ, ਨਸ਼ਾ ਮੁਕਤ ਹੋ ਜਾਏਗਾ। ਅੱਜ ਜ਼ਰੂਰਤ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਪੂਰੀ ਦੁਨੀਆ ਦੇ ਵਿੱਚ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਇਸ ਬਾਣੀ ਦੇ
सब कनु घर घर पहुँचाण दाता कि पूरी दुनिया दे लोग नशियां तो मुक्त हो सकन ते अपना परिवार अपना जीवन जेड़ा स्वर्ग बना सकन। सारिया संगतां नू दस वल्लों जय गुरुदेव जय गुरु रविदास।